ਕਿਉਂਕਿ ਜਦੋਂ ਫੰਡ ਚ ਪਾਰਟੀ ਦੇ ਨਾਤੇ ਆਉਂਦੇ ਆ ਤੇ ਪਾਰਟੀ ਤੇ ਫਿਰ ਸਾਰਿਆਂ ਦੀ ਸਾਂਝੀ ਹੁੰਦੀ ਆ। ਨਾ ਝੰਡਾ ਮਿਲਿਆ ਨਾ ਡੰਡਾ ਮਿਲਿਆ, ਫੰਡ ਤਾਂ ਇੱਕ ਪਾਸੇ, ਨਾ ਝੰਡਾ ਨਾ ਡੰਡਾ ਜਿਵੇਂ ਤੁਸੀਂ ਕਹਿੰਦੇ ਹੋ ਦਿੱਤਾ ਗਿਆ, ਸਾਰਾ ਪਾਰਟੀ ਦਾ ਦਫ਼ਤਰ ਉੱਥੇ ਹੋ ਲਿਆ। ਮਤਲਬ ਇੱਕ ਕਿਸਮ ਦੀ ਪਾਰਟੀ ਵੱਲੋਂ ਇੱਕੇ ਸੀਟ 'ਤੇ ਚੋਣ ਲੜੀ ਗਈ, ਬਾਕੀ ਤਾਂ ਰੱਬ ਆਸਰੇ ਹੀ ਛੱਡਤੇ। ਪਰ ਸਰ ਸੁਖਬੀਰ ਸਿੰਘ ਬਾਦਲ ਹੋਣ ਨਾਲ ਮੇਰੀ ਬਹੁਤ ਵਾਰੀ ਗੱਲ ਹੋਈ ਸੀ ਵੀ ਇਸ ਟਾਈਮ ਬੜੀ ਕ੍ਰੂਸ਼ਲ ਚੋਣ ਆ, ਪਾਰਟੀ ਦੇ ਵਿਕਾਰ ਦਾ ਸਵਾਲ ਆ ਅਤੇ ਪਾਰਟੀ ਦੇ ਫੰਡ ਜਿਹੜੇ ਸਾਨੂੰ ਸਾਰਿਆਂ ਨੂੰ ਦੇ। ਬੀਬਾ ਜੀ ਨੂੰ ਤਾਂ ਪਤਾ ਹੀ ਸੀ ਵੀ ਸਾਰਾ ਗੁੱਥੀ ਢੇਰੀ ਹੋ ਰਿਹਾ ਸਾਰਾ ਮਾਲ। ਗੱਲਬਾਤ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨਾਲ ਕਰ ਲੈਂਦੇ ਹਾਂ। ਚੰਦੂਮਾਜਰਾ ਸਾਹਿਬ, ਹੁਣ ਇਹ ਗੱਲ ਕਿੱਥੋਂ ਨਿਕਲ ਕੇ ਸਾਹਮਣੇ ਆ ਗਈ ਕਿ ਪਾਰਟੀ ਫੰਡ ਸਿਰਫ ਦੋ ਹੀ ਉਮੀਦਵਾਰਾਂ ਨੂੰ ਦਿੱਤਾ ਗਿਆ, ਬਾਕੀ ਉਮੀਦਵਾਰ ਮੰਗਦੇ ਰਹੇ, ਨਾ ਝੰਡਾ ਮਿਲਿਆ ਨਾ ਡੰਡਾ ਮਿਲਿਆ? ਅਸਲ ਮਹੀਨਿਆਂ ਵਿੱਚ ਅੰਦਰੋਂ ਅੰਦਰ ਘੁਸਰ ਮੁਸਰ ਤਾਂ ਸਾਰੇ ਉਮੀਦਵਾਰਾਂ ਵਿੱਚ ਸੀ ਜਿਹੜੇ ਚੋਣ ਲੜ ਰਹੇ ਸੀ ਵੀ ਪਾਰਟੀ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਫੰਡ ਤਾਂ ਇੱਕ ਪਾਸੇ, ਨਾ ਝੰਡਾ ਨਾ ਡੰਡਾ ਜਿਵੇਂ ਤੁਸੀਂ ਕਹਿੰਦੇ ਹੋ ਦਿੱਤਾ ਗਿਆ। ਪਰ ਜਿੱਥੇ ਅੰਕੜੇ ਸਾਹਮਣੇ ਆਏ ਵੀ ਕੇਵਲ ਹਰਸਿਮਰਤ ਕੌਰ ਬਾਦਲ ਹੋਣਾ ਨੂੰ ਅਤੇ ਜੋਸ਼ੀ ਜੀ ਨੂੰ ਦਿੱਤੇ ਗਏ ਪਏ ਫੰਡਸ, ਇਹ ਗੱਲ ਤਾਂ ਮੀਡੀਆ ਨਾਲ ਹੀ ਸਾਹਮਣੇ ਸਾਡੇ ਆਈ ਆ ਅਤੇ ਬੜੀ ਹੈਰਾਨੀ ਵਾਲੀ ਵੀ ਆ ਔਰ ਪਰੇਸ਼ਾਨ ਵੀ ਕਰਦੇ ਆ ਕਿਸਮ ਦੀ ਵੀ ਪਾਰਟੀ ਫੰਡ ਦੇ ਵੀ ਸਭ ਦਾ ਹਿੱਸਾ ਹੁੰਦਾ ਔਰ ਚਾਹੀਦਾ ਵੀ ਸੀ, ਕਿਉਂਕਿ ਜਦੋਂ ਫੰਡ ਪਾਰਟੀ ਦੇ ਨਾਤੇ ਆਉਂਦੇ ਆ ਅਤੇ ਪਾਰਟੀ ਤਾਂ ਫਿਰ ਸਾਰਿਆਂ ਦੀ ਸਾਂਝੀ ਹੁੰਦੀ ਆ। ਪਰ ਜਦੋਂ ਡਿਵੀਜ਼ਨ ਕਰਨ ਵੇਲੇ ਸਿਰਫ ਆਪਣੇ ਧੱਕੇ ਸੀਮਤ ਰੱਖਿਆ ਜਾਵੇ ਤਾਂ ਕੁਦਰਤੀ ਤੌਰ 'ਤੇ ਨਿਰਾਸ਼ਾ ਨਾਰਾਜ਼ਗੀ ਹੁੰਦੀ ਆ। ਤੁਸੀਂ ਮੰਗ ਕੀਤੀ ਸੀ, ਨਹੀਂ ਰੱਖੇ ਗਏ ਬਲਕਿ ਪਾਰਟੀ ਉਹ ਸਾਰੀ ਇੱਕ ਥਾਂ ਬਿਠਾ ਲਈ ਲਿਆ ਗਏ। ਪਰ ਜਿੰਨੇ ਪਾਰਟੀ ਦੇ ਵਿੰਗ ਸੀ, ਭਾਵੇਂ ਐਸ ਸੀ ਵਿੰਗ ਸੀ, ਬੀ ਸੀ ਵਿੰਗ ਸੀ, ਯੂਥ ਵਿੰਗ ਸੀ, ਇਸਤਰੀ ਵਿੰਗ ਸੀ, ਸਾਰੇ ਲਿਜਾ ਕੇ ਪੰਜਾਬ ਦੇ ਉੱਥੇ ਬਿਠਾ ਲਏ, ਸਾਰਾ ਪਾਰਟੀ ਦਾ ਦਫ਼ਤਰ ਉੱਥੇ ਹੋ ਲਿਆ। ਮਤਲਬ ਇੱਕ ਕਿਸਮ ਦੀ ਪਾਰਟੀ ਵੱਲੋਂ ਇੱਕੇ ਸੀਟ 'ਤੇ ਚੋਣ ਲੜੀ ਗਈ, ਬਾਕੀ ਤਾਂ ਰੱਬ ਆਸਰੇ ਹੀ ਛੱਡਤੇ। ਤੁਸੀਂ ਮੰਗ ਕੀਤੀ ਸੀ ਕਿਉਂਕਿ ਖਚਾਨਜੀ ਐਨ ਕੇ ਸ਼ਰਮਾ ਨੇ ਤੁਹਾਡੇ ਤਾਂ ਏਰੀਏ ਦੇ ਨੇ, ਤੁਸੀਂ ਉਹਨਾਂ ਤੋਂ ਮੰਗ ਕੀਤੀ ਔਰ ਉਹਨਾਂ ਦਾ ਕੀ ਕੁਛ ਕਹਿਣਾ ਸੀ? ਖਜਾਨਚੀ ਦੇ ਹੱਥ 'ਚ ਕੀ ਹੁੰਦਾ, ਖਜਾਨਚੀ ਦਫ਼ਤਰ ਵੈਸੇ ਨਾਂ ਦਾ ਹੀ ਹੁੰਦਾ। ਪਰ ਸਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਮੇਰੀ ਬਹੁਤ ਵਾਰੀ ਗੱਲ ਹੋਈ ਸੀ ਵੀ ਇਸ ਟਾਈਮ ਬੜੀ ਕ੍ਰੂਸ਼ਲ ਚੋਣ ਆ, ਪਾਰਟੀ ਦੇ ਵਿਕਾਰ ਦਾ ਸਵਾਲ ਆ ਅਤੇ ਪਾਰਟੀ ਦੇ ਫੰਡ ਜਿਹੜੇ ਸਾਨੂੰ ਸਾਰਿਆਂ ਨੂੰ ਦਿਓ। ਤੁਸੀਂ ਇਤਰਾਜ਼ ਜ਼ਾਹਰ ਕੀਤਾ, ਕੀ ਕੁਛ ਕਹਿਣਾ ਸੀ ਉਸ ਵੇਲੇ? ਨਹੀਂ, ਉਹਨਾਂ ਨੇ ਕਿਹਾ ਵੀ ਨਹੀਂ ਆਪਣੇ ਕੋਲ ਫੰਡ ਆ ਹੀ ਨਹੀਂ ਰਹੇ, ਦੇ ਨਹੀਂ ਰਿਹਾ ਕੋਈ, ਮਿਲ ਨਹੀਂ ਰਹੇ, ਤਾਂ ਅਸੀਂ ਫਿਰ ਹੁਣ ਕਿੰਨਾ ਕਹਿ ਸਕਦੇ ਸੀ? ਤੁਹਾਨੂੰ ਉਦੋਂ ਪਤਾ ਸੀ ਬੀਬਾ ਹਰਸਿਮਰਤ ਔਰ ਅਨਿਲ ਜੋਸ਼ੀ ਨੂੰ ਹੀ ਮਿਲ ਰਹੇ? ਕਿੰਨੇ ਅਨਿਲ ਜੋਸ਼ੀ ਜੀ ਦਾ ਤਾਂ ਨਹੀਂ ਸੀ ਪਤਾ, ਐਵੇਂ ਕਹੀਏ ਬੀਬਾ ਜੀ ਦਾ ਤਾਂ ਪਤਾ ਹੀ ਸੀ ਵੀ ਸਾਰਾ ਗੁੱਥੀ ਢੇਰੀ ਹੋ ਰਿਹਾ ਸਾਰਾ ਮਾਲ। ਕਿੰਨੇ 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 ਫੰਡ ਉਹਨਾਂ ਨੂੰ ਮਿਲੇ ਸੀ? ਇਹ ਤਾਂ ਹੁਣ ਜਿਹੜੀ ਸਾਹਮਣੇ ਗੱਲ ਆਈ ਆ ਇਹੀ ਆਈ ਆ ਵੀ ਸ਼ਾਇਦ ਫਿਗਰ ਜੋ ਮੈਨੂੰ ਲੱਗਦੀ ਹੈ ਵੀ 60 ਲੱਖ ਬੀਬਾ ਜੀ ਨੂੰ ਦਿੱਤਾ ਅਤੇ 50 ਲੱਖ ਜਾਂ 40 ਲੱਖ ਜੋਸ਼ੀ ਸਾਹਿਬ ਨੂੰ। ਇਹ ਅਸੀਂ ਤਾਂ ਖਬਰਾਂ 'ਚ ਹੀ ਪੜ੍ਹੀ ਆ, ਮੀਡੀਆ 'ਚ ਪੜ੍ਹੀ ਆ, ਅਸੀਂ ਕਿਹੜੇ ਗਿਣਕੇ ਦਏ ਹਾਂ? ਪਰ ਉਹਨਾਂ ਵੱਲੋਂ ਕੋਈ ਰਿਫਾਈ ਨਹੀਂ ਕੀਤਾ ਗਿਆ, ਇਹਦਾ ਮਤਲਬ ਰਿਕਾਰਡ ਦੀ ਗੱਲ ਆ। ਤੁਹਾਨੂੰ ਲੱਗਦਾ ਜੇ ਫੰਡ ਮਿਲਦੇ ਤਾਂ ਹੋਰ ਸੋਹਣੀ ਇਲੈਕਸ਼ਨ ਲੜ ਕੇ ਜਿੱਤੀ ਵੀ ਜਾ ਸਕਦੀ? ਕੁਦਰਤੀ ਹੁੰਦਾ, ਹੁਣ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਵੀ ਜਿੱਤੀ ਵੀ ਜਾ ਸਕਦੇ ਸੀ, ਪਰ ਹੱਕ ਬਣਦਾ ਸੀ, ਹੱਕ ਬਣਦਾ ਸੀ ਜਿਹੜਾ ਸਾਨੂੰ ਨਹੀਂ ਮਿਲਿਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਊਂਗਾ, 15 ਦਿਨ ਦਾ ਜਿਹੜਾ ਕਿਹਾ ਸੀ ਕਿ ਆਪਣਾ ਜਵਾਬ ਦਿਓ, ਹੁਣ ਕੀ ਲੱਗਦਾ ਉੱਥੇ ਜਾ ਕੇ ਕੀ ਕੁਛ ਹੋਏਗਾ, ਕਿਸ ਤਰੀਕੇ ਦੀ ਪਿਕਚਰ ਹੋ ਸਕਦੀ, ਤੁਹਾਡੀ ਕੀ ਕੁਛ ਮੰਗ ਹੈ? ਨਹੀਂ, ਅਸੀਂ ਤਾਂ ਪਹਿਲੇ ਦਿਨ ਸਵਾਦ ਕੀਤਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਹੋਣੀ ਇੱਕ ਨਵਾਣੇ ਸਿੱਖ ਦੇ ਤੌਰ 'ਤੇ ਜਾਣਾ ਦੀ ਗੱਲ ਕਹੀ ਆ ਤਾਂ ਚੰਗੀ ਗੱਲ ਆ, ਇਹੀ ਲੋਕ ਚਾਹੁੰਦੇ ਸੀ, ਇਹੀ ਪੰਥ ਚਾਹੁੰਦਾ ਸੀ, ਇਹੀ ਅੰਦਰੋਂ ਅੰਦਰ ਪਹਿਲਾਂ ਵੀ ਬਹੁਤ ਵਾਰੀ ਸਲਾਹਾਂ ਦਿੱਤੀਆਂ ਜਾ ਰਹੀਆਂ ਸੀ ਜੇ ਚਲੋ ਦੇਰ ਆਏ ਦਰੁਸਤ ਆਏ, ਸਾਡੇ ਉੱਥੇ ਮਾਫ਼ੀ ਜਾਚਕਾਂ ਲਈ ਦਿੱਤੀ ਅਰਜ਼ੀ ਤੋਂ ਬਾਅਦ ਜੇ ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਹੈ, ਅਹਿਸਾਸ ਹੋਇਆ ਤਾਂ ਚੰਗੀ ਗੱਲ ਆ,
ਪਰ ਅਸੀਂ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੁਣ ਨਵਾਣੇ ਸਿੱਖ ਦੇ ਤੌਰ 'ਤੇ ਜਾਣ, ਬਤੌਰ ਪਾਰਟੀ ਪ੍ਰਧਾਨ ਦੇ ਤੌਰ 'ਤੇ ਮਤਲਬ ਲਹੁ ਲਸ਼ਕਰ ਲੈ ਕੇ ਨਾ ਜਾਣ। ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨਗੀ ਦੇ ਤੌਰ 'ਤੇ ਨਾ ਜਾਣ, ਚਾਹੀਦਾ ਉਹਨਾਂ ਨੇ ਆਪੇ ਕਿਹਾ ਮੈਂ ਇੱਕ ਨਵਾਣੇ ਸਿੱਖ ਦੇ ਤੌਰ 'ਤੇ ਜਾਵਾਂਗਾ, ਮੈਂ ਤਾਂ ਕਹਿਣਾ ਵੀ ਜਿਹੜੀ ਗੱਲ ਕਹੀ ਆ ਉਸੇ ਤਰ੍ਹਾਂ ਜਾਣ ਤਾਂ ਚੰਗੀ ਗੱਲ ਆ। ਦੂਜਾ ਵੀ ਇਹ ਬਿਕਰਮ ਮਜੀਠੀਆ ਹੋਰੀ ਕਹਿ ਰਹੇ ਨੇ ਕਿ ਬਾਗੀ ਧੜੇ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਕਹਿੰਦੇ ਜਦੋਂ ਸਰਕਾਰ ਸੀਗੀ ਉਹਨਾਂ ਨੇ ਵੀ ਬਹੁਤ ਸਾਰੇ ਉਸੂਲੇ ਲਾਹੇ ਲਏ, ਤੁਹਾਡੇ ਵੱਲ ਇਸ਼ਾਰਾ ਕਰ ਰਹੇ ਨੇ। ਨਹੀਂ, ਬਿਕਰਮ ਜੀ ਨੇ ਜੋ ਕਿਹਾ ਅਸੀਂ ਤਾਂ ਆਪ ਉਹੀ ਗੱਲ ਤਾਂ ਅਸੀਂ ਮੰਨੀ ਆ। ਸ਼ਾਇਦ ਬਿਕਰਮ ਜੀ ਨੇ ਸਾਡੇ ਵੱਲੋਂ ਭੇਜੀ ਅਰਜ਼ੀ ਗੌਰ ਨਾਲ ਪੜ੍ਹੀ ਨਹੀਂ ਜਾਂ ਦੇਖੀ ਨਹੀਂ ਜਾਂ ਸੁਣੀ ਨਹੀਂ, ਜੋ ਉਹਨਾਂ ਨੇ ਕਿਹਾ ਅਸੀਂ ਉਹੀ ਕਿਹਾ ਵੀ ਸਰਕਾਰ ਦੇ ਹੁੰਦਿਆਂ ਅਸੀਂ ਇਸ ਦਾ ਹਿੱਸਾ ਰਹੇ ਹਾਂ ਅਤੇ ਅਸੀਂ ਗਲਤੀ ਮੰਨੀ ਆ ਵੀ ਅਸੀਂ ਇਹ ਗਲਤੀਆਂ ਸਰਕਾਰ ਵੱਲੋਂ ਜਾਂ ਸਾਡੇ ਜਿਹੜੇ ਮੁਖੀ ਨੇ ਸਤਿ ਸੁਖਬੀਰ ਸਿੰਘ ਬਾਦਲ ਹੋਰੀ ਇਹਨਾਂ ਵੱਲੋਂ ਜਿਹੜੀਆਂ ਹੋ ਰਹੀਆਂ ਸੀ ਇਹਨਾਂ ਨੂੰ ਉਹ ਗਲਤੀਆਂ ਕਰਨ ਤੋਂ ਰੋਕਣ ਦੇ ਵਿੱਚ ਅਸਮਰਥ ਰਹੇ ਹਾਂ। ਅਸੀਂ ਲਿਖਤੀ ਤੌਰ 'ਤੇ ਮੰਨ ਕੇ ਆਏ ਹਾਂ, ਤੁਸੀਂ ਮਾਫ਼ੀ ਮੰਗ ਕੇ ਆਏ, ਅਸੀਂ ਮਾਹੌਰ ਕੀ ਅਸੀਂ ਤਾਂ ਲਿਖਤੀ ਤੌਰ 'ਤੇ ਮਾਫ਼ੀ ਮੰਗ ਕੇ ਆਇਆ ਔਰ ਕਹਿ ਕੇ ਆਏ ਹਾਂ ਵੀ ਖਿਮਾ ਜੱਜ ਕਰ ਰਹੀ ਸਾਨੂੰ ਮਤਲਬ ਅਰਦਾਸ ਕੀਤੀ ਆ ਔਰ ਸਿੰਘ ਸਾਹਿਬਾਨ ਨੂੰ ਅਸੀਂ ਲਿਖਤੀ ਦੇ ਕੇ ਆਏ। ਅਸੀਂ ਤਾਂ ਕਿਹਾ ਵੀ ਜਿਹੜਾ ਵੀ ਸਾਡਾ ਮਰਿਆਦਾ ਮੁਤਾਬਕ ਪਰੰਪਰਾ ਮੁਤਾਬਕ ਇਹ ਜਿਹੜਾ ਕਿਸੇ ਤਰ੍ਹਾਂ ਦੀ ਜਿਹੜੀ ਸਾਡੀ ਗਲਤੀ ਜਿੰਨੀ ਕੁ ਤੁਸੀਂ ਸਮਝਦੇ ਹੋ ਉਸ ਮੁਤਾਬਕ ਅਸੀਂ ਉਹ ਸਜ਼ਾ ਲੈਣ ਨੂੰ ਤਿਆਰ ਹਾਂ। ਸੁਖਬੀਰ ਸਿੰਘ ਬਾਦਲ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਨੇ, ਜੇ ਉੱਥੇ ਜੋ ਵੀ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਜਾਂਦਾ ਹੈ, ਕੀ ਤੁਹਾਨੂੰ ਉਹ ਪ੍ਰਵਾਨ ਹੋਏਗਾ ਔਰ ਕੀ ਫਿਰ ਜਿਹੜਾ ਕਲੇਸ਼ ਆ ਉਹ ਖਤਮ ਹੋ ਜਾਏਗਾ, ਤੁਸੀਂ ਵਾਪਸ ਪਾਰਟੀ 'ਚ ਇਕਜੁੱਟ ਹੋ ਜਾਓਗੇ? ਦੇਖੋ, ਸਾਡੀ ਤਾਂ ਟਰਾਈ ਇਹੀ ਆ, ਸਾਡੀ ਕੋਸ਼ਿਸ਼ ਪਾਰਟੀ ਨੂੰ ਮਜ਼ਬੂਤ ਬਣਾਉਣਾ, ਸਾਡੀ ਕੋਸ਼ਿਸ਼ ਆ ਪਾਰਟੀ ਨੂੰ ਇੰਟੈਕਟ ਰੱਖਣ ਦੀ, ਸਾਡੀ ਕੋਸ਼ਿਸ਼ ਆ ਵੀ ਪਾਰਟੀ ਜਿਹੜੀ ਅਰਸ ਤੋਂ ਫਰਸ ਤੇ ਆਈ ਆ, ਜਿਹੜੀ ਪਾਰਟੀ ਦੀ ਸ਼ਾਖ ਡਿੱਗ ਪਈ, ਹਾਲ ਇਹ ਹੋ ਗਿਆ ਵੀ 732 ਵੋਟਾਂ ਉਸ ਉਮੀਦਵਾਰ ਨੂੰ ਮਿਲੀਆਂ ਜਿਹਦੀ ਸਪੋਰਟ ਸਤਿ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ, ਇਹ ਤੋਂ ਵੱਡਾ ਨਿਘਾਰ ਮੇਰਾ ਖਿਆਲ ਇਤਿਹਾਸ ਦੇ ਵਿੱਚ ਇਸ ਪਾਰਟੀ ਦਾ ਕਦੇ ਨਹੀਂ ਆਇਆ। ਸੋ ਸਾਡੀ ਨੂੰ ਤਾਂ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਆ, ਅਸੀਂ ਇਮਾਨਦਾਰੀ ਨਾਲ ਚਾਹੁੰਦੇ ਹਾਂ ਕਿ ਪਾਰਟੀ ਫਰਸ ਤੋਂ ਫੇਰ ਅਰਸ 'ਤੇ ਜਾਵੇ, ਬੁਲੰਦੀਆਂ 'ਤੇ ਜਾਵੇ। ਉਹਦੇ ਲਈ ਜਿਹੜੀ ਇੱਕ ਸਮੱਸਿਆ ਬਣੀ ਖੜ੍ਹੀ ਆ, ਰੁਕਾਵਟ ਬਣੀ ਖੜ੍ਹੀ ਆ, ਉਹ ਪਾਰ ਹੋਣੀ ਚਾਹੀਦੀ ਆ, ਉਹ ਤੋਂ ਬਿਨਾਂ ਉਹ ਬਣਦੀ ਨਹੀਂ ਗੱਲ ਜੋ ਅਸੀਂ ਸਮਝਦੇ ਹਾਂ। ਨਹੀਂ, ਤੁਸੀਂ ਕਹਿ ਰਹੇ ਨਾ ਕਿ ਮਾਫ਼ੀ ਮੰਗੋ, ਉਹ ਮਾਫ਼ੀ ਮੰਗਣ ਜਾ ਰਹੇ ਨੇ, ਉੱਥੇ ਜਾ ਰਹੇ ਨੇ, ਫਿਰ ਤਾਂ ਚੀਜ਼ਾਂ ਕਲੀਅਰ ਹੋ ਗਈਆਂ, ਤੁਸੀਂ ਵੀ ਮੰਗ ਲਈ, ਉਹਨਾਂ ਨੇ ਮੰਗ ਲਈ, ਫਿਰ ਤਾਂ ਜੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਫਿਰ ਤਾਂ ਸਾਰਾ ਕੁਛ ਖਤਮ ਕਰ ਦਿੱਤਾ ਜਾਣਾ ਚਾਹੀਦਾ। ਨਹੀਂ, ਅਸੀਂ ਕਦੋਂ ਕਹਿੰਦੇ ਨਹੀਂ, ਪਰ ਲੋਕਾਂ ਦਾ ਜਿਹੜਾ ਫਤਵਾ ਨਾ, ਲੋਕਾਂ ਦੀ ਇਹ ਮੰਗ ਆ, ਤੁਸੀਂ ਵੀ ਫੀਲਡ 'ਚ ਰਹਿੰਦੇ ਹੋ, ਹਰ ਬੰਦਾ ਕਹਿੰਦਾ ਵੀ ਸਤਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ। ਮੈਂ ਨਹੀਂ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਕਿ ਉੱਥੇ ਮਾਫੀ ਤੋਂ ਬਾਅਦ ਵੀ ਗੱਲ ਨਹੀਂ ਬਣਨੀ ਜਦੋਂ ਤੱਕ ਅਸਤੀਫਾ ਨਹੀਂ ਦੇ ਦਿੰਦੇ। ਲੋਕਾਂ ਦੀ ਰਾਏ ਆ, ਜਨਤਾ ਦੀ ਰਾਏ ਆ, ਉਹ ਇਹ ਆ ਵੀ ਉਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ। ਮੈਂ ਮੇਰਾ ਉਹਦੇ ਨਾਲ ਉਹਨਾਂ ਨਾਲ ਸੁਖਬੀਰ ਸਿੰਘ ਬਾਦਲ ਨਾਲ ਕੋਈ ਨਿੱਜੀ ਵਿਰੋਧ ਨਹੀਂ, ਨਾ ਮੇਰਾ ਨਿੱਜੀ ਕੋਈ ਇਤਰਾਜ਼ ਆ, ਪਰ ਪਬਲਿਕ ਦਾ, ਜਨਤਾ ਦਾ, ਪੰਥ ਦਾ ਇਹ ਫਤਵਾ ਉਹਨਾਂ ਦੇ ਉਲਟ। ਚਲੋ, ਜਿਹੜਾ ਬਾਰ ਬਾਰ ਇਹ ਫਤਵਾ ਦਿੰਦੇ ਰਹੇ ਨਾ ਲੋਕ, ਉਹਨਾਂ ਦੇ ਉਹਨਾਂ ਮਤਲਬ ਇਹਦੀ ਰਿਪੋਰਟ ਝੁੰਦਾ ਕਮੇਟੀ ਨੇ, ਮਤਲਬ ਉਹਨਾਂ ਵੱਲੋਂ ਬਣਾਈ ਕਮੇਟੀ, ਉਹ ਕਮੇਟੀ ਸਾਰੀ ਪੰਜਾਬ 'ਚ ਘੁੰਮ ਕੇ ਆਈ, ਘਰ ਨਹੀਂ ਬੈਠੀ, ਕਮਰੇ 'ਚ ਨਹੀਂ ਬੈਠੀ, ਲੋਕਾਂ 'ਚ ਜਾ ਕੇ ਆਈ, ਭਾਵਨਾਵਾਂ ਲੋਕਾਂ ਦੀਆਂ ਵਰਕਰਾਂ ਨੇ ਸੁਣ ਕੇ ਆਈ, ਭਾਵਨਾਵਾਂ ਲੋਕਾਂ ਦੀਆਂ ਨੂੰ, ਪੰਥ ਦੀਆਂ ਨੂੰ, ਵਰਕਰਾਂ ਦੀਆਂ ਨੂੰ ਉਹਨਾਂ ਨੇ ਇੱਕ ਕਲਮਬੰਦ ਕੀਤਾ ਅਤੇ ਉਹਦੇ 'ਚ ਕੁੱਲ ਬਾਕੀ ਗੱਲਾਂ ਛੱਡ ਕੇ ਇਸ ਨਤੀਜੇ 'ਤੇ ਪਹੁੰਚੀ ਆ
ਵੀ ਸਤਿ ਸ਼੍ਰੀ ਅਕਾਲ ਬਾਦਲ ਹੋਣਾ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ, ਮਤਲਬ ਵੀ ਲੀਡਰਸ਼ਿਪ ਨੂੰ ਪਿੱਛੇ ਹਟ ਜਾਣਾ ਚਾਹੀਦਾ। ਤੁਸੀਂ ਕਹਿ ਰਹੇ ਹੋ ਕੱਲੀ ਮਾਫ਼ੀ ਜਾਂ ਉੱਥੇ ਜਾਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਬਹੁਤ ਨਹੀਂ ਹੈ ਜਦੋਂ ਤੱਕ ਅਸਤੀਫਾ ਨਹੀਂ। ਮੇਰਾ ਮਤਲਬ ਵੀ ਜਦੋਂ ਜਿਹੜੀ ਜਿੰਨੀ ਦੇਰ ਤੱਕ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਜਿਹਦੇ ਮੁਤਾਬਕ ਮਤਲਬ ਬੜਾ ਕਲੀਅਰ ਕੱਟ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਮਤਲਬ ਪਿੱਛੇ ਹਟ ਜਾਣਾ ਚਾਹੀਦਾ, ਅਤੇ ਮਤਲਬ ਅਸੀਂ ਕਹਿੰਦੇ ਹਾਂ ਵੀ ਜਥੇਦਾਰ ਸਾਹਿਬਾਨ ਨੇ ਜਿਹੜੇ ਇਸ ਮਹਾਨ ਸੰਸਥਾ ਦੇ ਨੂੰ ਚਲਾ ਰਹੇ ਨੇ ਉਹ ਮਤਲਬ ਅੱਜ ਤੱਕ ਦੀ ਇੱਕ ਪਰੰਪਰਾ ਰਹੀ ਆ, ਇੱਕ ਮਰਿਆਦਾ ਰਹੀ ਆ। ਜਦੋਂ ਵੀ ਕਿਤੇ ਕ੍ਰਾਈਸਿਸ ਆਏ ਹਾਂ ਤਾਂ ਜਥੇਦਾਰ ਸਾਹਿਬਾਨਾਂ ਨੇ ਦਖਲ ਦੇ ਕੇ ਐਸੇ ਕ੍ਰਾਈਸਿਸ ਜਿਹੜੇ ਨੇ ਉਹ ਸੋਰਟ ਆਊਟ ਕੀਤੇ ਨੇ। ਸਾਨੂੰ ਆਸ ਆ ਵੀ ਇਸ ਕ੍ਰਾਈਸਿਸ ਨੂੰ ਵੀ ਉਹ ਸੋਰਟ ਆਊਟ ਕਰਨਗੇ। ਮਤਲਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਹਾਨਤਾ ਉਹ ਦੁਨੀਆਂ ਵਿੱਚ ਹੋਰ ਇਸਟੈਬਲਿਸ਼ ਹੋਏਗੀ। ਔਰ ਪਰ ਤੁਸੀਂ ਵੀ ਆਪਣਾ ਪ੍ਰਧਾਨ ਦੱਸ ਨਹੀਂ ਰਹੇ ਨਾ ਕਿ ਕੌਣ ਹੋਏਗਾ, ਤੁਸੀਂ ਠੰਡੇ ਬਸਤੇ 'ਚ ਪਾਤਾ ਕਿ ਸੈਮੀਨਾਰ ਹੋਣਗੇ, ਸੈਮੀਨਾਰ ਘੁੰਮ ਪੂਰੇ ਪੰਜਾਬ, ਇਹ ਤਾਂ 6 ਮਹੀਨੇ ਠੰਡੇ ਬਸਤੇ 'ਚ ਪੈ ਗਿਆ। ਲੋਕਾਂ ਨੂੰ ਸੀਗਾ ਕਿ ਮੌਕੇ 'ਤੇ ਜਿਹੜਾ ਠਾਹ ਸੋਟਾ ਹੁੰਦਾ ਨਾ ਕਿ ਆਹ ਪ੍ਰਧਾਨ ਹੈ, ਦੱਸੋ ਮਨਜ਼ੂਰ ਹੈ ਨਹੀਂ ਮਨਜ਼ੂਰ। ਠਾਹ ਸੋਟੇ ਵਾਲੀ ਗੱਲ ਨਹੀਂ, ਅਸੀਂ ਅਜੇ ਇਹ ਤਾਂ ਸੁਧਾਰ ਲਹਿਰ ਆ ਜੇ ਕਿਹੜੇ ਕੋਈ ਇੱਡੀ ਸਾਨੂੰ ਮਤਲਬ ਅਸੀਂ ਤਾਂ ਚਾਹੁੰਦੇ ਵੀ ਅਕਾਲੀ ਦਲ ਸਾਡਾ ਜਿਹੜਾ ਪਹਿਲੇ ਦਿਨ ਤੋਂ ਡੇ 1 ਤੋਂ ਜੋ ਕਹਿਣਾ ਉਹੀ ਆ ਵੀ ਅਕਾਲੀ ਦਲ ਨੂੰ ਅਸੀਂ ਮੁੜ ਕੇ ਸਰਵਾਈਵ ਕਰਨਾ, ਅਤੇ ਜੇ ਅਸੀਂ ਮਤਲਬ ਇੱਕਦਮ ਕਰਕੇ ਵੀ ਆਪਣਾ ਪੱਖ ਬਣਾ ਲਈਏ ਫਿਰ ਤਾਂ ਅਕਾਲੀ ਦਲ ਨੂੰ ਪਾੜਨ ਵਾਲੀ ਗੱਲ ਹੋਏਗੀ। ਸਾਨੂੰ ਤਾਂ ਸੁਖਬੀਰ ਸਿੰਘ ਬਾਦਲ ਹੋਣਾ 'ਤੇ ਇਹੀ ਇਤਰਾਜ਼ ਸੀ, ਤੁਸੀਂ ਦੇਖਿਆ ਵੀ ਹੋਣਾ ਅਸੀਂ ਤਾਂ ਇਹ ਕਹਿੰਦੇ ਰਹੇ ਵੀ ਉਹਨਾਂ ਨੂੰ ਇੱਕ ਧੜੇ ਦੀਆਂ ਆਪਣੇ ਸਿਲੈਕਟਡ ਬੰਦਿਆਂ ਦੀਆਂ ਆਪਣੇ ਕੁਛ ਬੰਦਿਆਂ ਦੀਆਂ ਮੀਟਿੰਗਾਂ ਕਦੇ ਦਿੱਲੀ ਕਦੇ ਚੰਡੀਗੜ੍ਹ ਨਹੀਂ ਕਰਨੀਆਂ ਚਾਹੀਦੀਆਂ ਸੀ, ਬਲਕਿ ਉਹਨਾਂ ਨੂੰ ਤਾਂ ਸਾਰਿਆਂ ਨਾਲ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ। ਮੈਂ ਤਾਂ ਮੀਟਿੰਗ 'ਚ ਪਹਿਲਾਂ ਹੀ ਕਹਿ ਦਿੰਦਾ ਅਗਰ ਕਿਸੇ ਨੂੰ ਇਤਰਾਜ਼ ਆ ਤਾਂ ਅਸਤੀਫਾ ਲੈ ਲਓ, ਸਾਰੇ ਹੱਥ ਖੜੇ ਕਰਕੇ ਕਹਿ ਦਿੰਦੇ ਕਿ ਨਹੀਂ ਤੁਸੀਂ ਪ੍ਰਧਾਨ ਸਾਹਿਬ ਤੁਸੀਂ ਰਹੋ। ਇਹ ਤਾਂ ਤੁਸੀਂ ਵੀ ਦੇਖਿਆ ਹੋਣਾ, ਤੁਸੀਂ ਵੀ ਤਾਂ ਹਾਜ਼ਰੇ ਹੁੰਦੇ ਹੋ, ਕਿੰਨੇ ਕੁ ਵਾਰੀ ਉਹਨਾਂ ਨੇ ਅਸਤੀਫਾ ਦਿੱਤਾ। ਨਹੀਂ ਅੰਦਰ ਮੀਟਿੰਗ 'ਚ ਤਾਂ ਨਹੀਂ ਜਾਂਦੇ? ਨਹੀਂ ਅੰਦਰ ਬਾਹਰ ਪਤਾ ਹੀ ਲੱਗ ਜਾਂਦਾ, ਅੰਦਰ ਬਾਹਰ ਦੀ ਗੱਲ ਕਿਹੜੇ ਲੁਕੀ ਰਹਿੰਦੀ ਆ, ਕਦੋਂ ਉਹਨਾਂ ਨੇ ਮਤਲਬ ਅਸਤੀਫਾ ਜਿਹੜੀ ਅੰਦਰੋਂ ਤਸਵੀਰਾਂ ਆਉਂਦੀਆਂ ਨਾ ਉਹ ਬਾਂਹ ਸਾਰਿਆਂ ਦੀਆਂ ਖੜੀਆਂ ਹੁੰਦੀਆਂ, 500 ਬੰਦਾ ਹੁੰਦਾ ਸਾਰੇ ਬਾਂਹ ਖੜੀ ਕਰਕੇ ਉਹ 15-20 ਸੈਕਿੰਡ ਦੇ ਸ਼ੋਰ ਸਨ। ਬਾਅਦ ਦੇ ਵਿੱਚ ਜੋ ਉਹ ਮਰਜ਼ੀ ਕਰੀ ਜਾਣ, 10 ਬੰਦੇ 20 ਬੰਦੇ 50 ਬੰਦੇ ਇਕੱਠੇ ਕਰਕੇ ਉਹਨਾਂ ਦਾ ਚਾਹੇ ਸਾਰਾ ਦਿਨ ਹੱਥ ਖੜੇ ਕਰਾ ਰੱਖਾਂ, ਪਰ ਗੱਲ ਤਾਂ ਸਾਰੀ ਇਹ ਹੈ ਵੀ ਪਬਲਿਕ ਕੀ ਚਾਹੁੰਦੀ ਹੈ, ਜਨਤਾ ਕੀ ਚਾਹੁੰਦੀ ਹੈ, ਪੰਥ ਕੀ ਚਾਹੁੰਦਾ, ਪੰਜਾਬ ਕੀ ਚਾਹੁੰਦਾ, ਉਹ ਵਾਰ ਵਾਰ ਫਤਵਾ ਦੇ ਰਿਹਾ। ਇਹ ਤੋਂ ਵੱਡੀ ਗੱਲ ਹੁਣ ਕੀ ਆ ਵੀ 5 ਵਾਰ ਲਗਾਤਾਰ ਚੋਣ ਬਾਰੇ ਪਾਰਟੀ ਹਾਰੀ ਜਾ ਰਹੀ ਆ, 34% ਤੋਂ ਪਾਰਟੀ 12% 'ਤੇ ਆ ਗਈ, ਹਰ ਚੋਣ 'ਚ ਘਟੀ ਜਾ ਰਹੀ ਆ, ਹਰ ਚੋਣ 'ਚ ਘਟੀ ਜਾ ਰਹੀ ਆ। ਆਹ ਜਲੰਧਰ ਵਾਲੀ ਚੋਣ ਦੇ ਤਾਂ ਜਮੀ ਹੇਠਾਂ ਲਾਤ ਹੈ, ਸਾਡੇ ਵਾਲੇ ਤਾਂ ਵਿਚਾਰੇ ਤੋਂ ਤਾਂ ਇੱਕ ਅਸੀਂ ਤਾਂ ਇੱਕ ਕਹਿ ਸਕਦੇ ਹਾਂ ਇੱਕ ਗਰੀਬ ਔਰਤ ਸੀ, ਵਿਧਵਾ ਔਰਤ ਸੀ, ਕੁਰਬਾਨੀ ਵਾਲੇ ਪਰਿਵਾਰ ਦੀ ਔਰਤ ਸੀ, ਉਹਨੂੰ ਉਹਦੇ ਵੱਟੇ ਛੱਡ ਕੇ ਉਹਨੂੰ ਇੱਕ ਸਹਾਰਾ ਬਣਿਆ ਤਾਂ ਕਿ ਉਹਦੀ ਪੀੜਾ ਜਿਹੜੀ ਆ ਉਹਦੇ ਵਿੱਚ ਜਾ ਕੇ ਖੜੀਏ, ਉਹ ਤਾਂ ਅਸੀਂ ਇੱਕ ਮੁਸੀਬਤ ਦੇ ਵਿੱਚ ਕਹਿ ਲਓ ਉਹਦੀ ਪੀੜਾ ਦਾ ਅਹਿਸਾਸ ਕੀਤਾ ਤਾਂ ਉਹਦੇ ਨਾਲ ਖੜੇ, ਪਰ ਇਹ ਤਾਂ ਦੁਪੱਟੇ ਛੱਡ ਕੇ ਭੱਜ ਗਏ। ਅਤੇ ਜਿਹਦੀ ਸਪੋਰਟ ਕਰਨ ਗਏ ਉਹ ਕਹਿੰਦੇ ਅਸੀਂ ਸਪੋਰਟ ਇਹਨਾਂ ਦੀ ਮੰਗਦੇ ਨਹੀਂ, ਅਤੇ ਜਦੋਂ ਸਪੋਰਟ ਨਾਲ ਵੋਟਾਂ ਹੀ 732 ਨਿਕਲੀਆਂ, ਉਹਨਾਂ ਨੇ ਇਕੱਲਿਆਂ ਨੇ 1960 ਲਈਆਂ, ਅਤੇ ਜਦੋਂ ਇਹਨਾਂ ਨੇ ਸਪੋਰਟ ਕੀਤੀ ਤਾਂ 732 ਪਈਆਂ, ਅਤੇ ਬਲਕਿ ਉਹਨਾਂ ਨੇ ਕਿਹਾ ਵੀ ਸਾਡਾ ਬੇੜਾ ਡੋਬਤਾ ਇਹਨਾਂ ਨੇ। ਸੋ ਇਹ ਗੱਲ ਜਿਹੜੀ ਆ ਇਹ ਅੱਜ ਅਕਾਲ ਤਰਸ ਆ ਰਿਹਾ, ਅੱਜ ਚਿੰਤਾ ਹੋ ਰਹੀ ਆ ਵੀ ਅਕਾਲੀ ਦਲ ਦੀ ਇਹ ਹਾਲਤ ਹੋ ਗਈ। ਵਿਕਰਮ ਮਜੀਠੀਆ ਕਹਿੰਦੇ ਨਾਲ ਖੜੇ ਨੇ, ਤੁਹਾਡੇ ਨਾਲ ਖੜੇ ਆ, ਸੁਖਬੀਰ ਬਾਦਲ ਹੋਰਾਂ ਨਾਲ ਖੜੇ ਆ, ਤੁਸੀਂ ਵਿਕਰਮ ਮਜੀਠੀਆ ਹੋਰਾਂ ਨੂੰ ਦੀ ਭੂਮਿਕਾ ਬੜੀ ਅਹਿਮ ਹੈ ਪਾਰਟੀ ਦੇ ਵਿੱਚ, ਤੁਸੀਂ ਕਿੱਥੇ ਦੇਖਦੇ ਹੋ ਉਹਨਾਂ ਨੂੰ? ਦੇਖੋ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਪਤਾ ਹੋਏਗਾ ਵੀ ਉਹ ਕੀ ਸੋਚਦੇ ਨੇ, ਕਿੱਥੇ ਖੜੇ ਨੇ। ਗੱਲ ਤਾਂ ਅੰਦਰ ਖਾਤੇ ਚੱਲਦੀ ਹੈ। ਦੇਖੋ ਵੈਸੇ ਜਿਹੜਾ ਬੰਦਾ ਪਾਰਟੀ ਦਾ ਭਲਾ ਚਾਹੁੰਦਾ, ਚਾਹੇ ਵਿਕਰਮ ਹੋਵੇ ਚਾਹੇ ਹੋਰ ਕੋਈ ਹੋਵੇ, ਉਹ ਜ਼ਰੂਰ ਸੋਚੇਗਾ ਵੀ ਪਾਰਟੀ ਖਿੜੇ ਨਾ, ਉਹ ਜ਼ਰੂਰ ਸੋਚੇਗਾ ਪਾਰਟੀ ਨੂੰ ਇੰਟੈਕਟ ਰੱਖਿਆ ਜਾਵੇ। ਉਹਦੀ ਪੂਰੀ ਕੋਸ਼ਿਸ਼ ਹੋਏਗੀ ਵੀ ਜਿਹੜੇ ਗੈਰ ਅਕਾਲੀ ਲੋਕ ਨੇ
ਜਿਨ੍ਹਾਂ ਨੇ 5 ਮਿੰਟ ਕਦੇ ਥਾਣੇ ਤੱਕ ਨਹੀਂ ਕੋਈ ਗਏ, ਕਦੇ ਜੇਬ ਮੋਰਚਿਆਂ ਤੱਕ ਨਹੀਂ ਗਏ, ਸੰਘਰਸ਼ਾਂ 'ਚ ਨਹੀਂ ਗਏ, ਉਹ ਚੌਧਰੀ ਬਣ ਕੇ ਪਾਰਟੀ 'ਤੇ ਕਾਬਜ਼ ਨਾ ਹੋਣ। ਹਰ ਬੰਦਾ ਇਹ ਗੱਲ ਸੋਚੂਗਾ ਜਿਹੜਾ ਜਿਹਨੂੰ ਚਿੰਤਾ ਪਾਰਟੀ ਕਹਿੰਦੀ ਗੱਲ ਕਰ ਰਹੇ ਤੁਸੀਂ, ਮੈਂ ਸਮਝਦਾ ਵੀ ਜਿਹੜਾ ਬੰਦਾ ਵੀ ਸੋਚੇਗਾ ਭਾਵੇਂ ਜਿਹੜੇ ਗੈਰ ਅਕਾਲੀ ਕਿਹੜੇ ਤੁਸੀਂ, ਉਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜਿਹੜੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਅਕਾਲੀ ਮੋਰਚਿਆਂ 'ਚ ਸੰਘਰਸ਼ਾਂ 'ਚ ਹਿੱਸਾ ਲਿਆ। ਸੋ ਅੱਜ ਚਿੰਤਾ ਇਸ ਗੱਲ ਦੀ ਹੈ, ਸਵਾਲ ਇਹ ਹੈ ਕਿ ਮਜੀਠੀਆ ਸਾਹਿਬ ਤੁਹਾਡੇ ਨਾਲ ਨੇ, ਤੁਹਾਡੇ ਨਾਲ ਸੰਪਰਕ ਚੱਲ ਰਿਹਾ, ਕਹਿੰਦੇ ਅੰਦਰ ਅੰਦਰ ਖਾਤੇ ਤੁਹਾਡੇ ਨਾਲ ਹੈ ਟਿਊਨਿੰਗ? ਨਹੀਂ, ਬਿਕਰਮ ਮਜੀਠੀਆ ਉਹਨਾਂ ਨੇ ਅੰਦਰ ਖਾਤੇ ਕਿ ਸਾਡੀ ਤਾਂ ਬਾਹਰ ਖਾਤੇ ਵੀ ਆ, ਸਾਡਾ ਕਿਹੜੇ ਉਹਨਾਂ ਮਤਲਬ ਅੰਦਰ ਤਾਂ ਨਾ ਹੋਵੇ, ਸਾਡਾ ਉਹਨਾਂ ਦਾ ਕੋਈ ਵਿਰੋਧ ਹੋਵੇ, ਮਤਲਬ ਵੈਸੇ ਆ ਇਹਨਾਂ ਦਿਨਾਂ 'ਚ ਕੋਈ ਸੰਪਰਕ ਸਾਡਾ ਨਹੀਂ ਹੋਇਆ। ਪਹਿਲਾਂ ਕਹਿਤਾ ਹੈਗੀ ਹੈ ਅੰਦਰ ਖਾਤੇ ਬਾਹਰ ਲੱਗਾ, ਮੇਰਾ ਮਤਲਬ ਅੰਦਰ ਖਾਤੇ, ਮੈਂ ਕਿਹਾ ਵੀ ਸਾਡੀ ਤਾਂ ਬਾਹਰ ਵੀ ਹੈਗੀ ਹੈ ਸੰਪਰਕ, ਅੰਦਰ ਖਾਤੇ ਤੁਹਾਡੇ ਨਾਲ ਨੇ ਉਹ? ਨਹੀਂ, ਬਾਹਰ ਸਾਡੇ ਨਾਲ ਜਾਂ ਉਹਦੇ ਨਾਲ ਨਹੀਂ ਗੱਲ, ਉਹ ਤਾਂ ਕਿਸੇ ਧਿਰ ਨਾਲ ਮੈਂ ਨਹੀਂ ਕਹਿ ਸਕਦਾ, ਪਰ ਮਤਲਬ ਇਸ ਤਰ੍ਹਾਂ ਦੀ ਗੱਲ ਵੀ ਹੈ ਨਹੀਂ ਵੀ ਸਾਡਾ ਕੋਈ ਕਿਸੇ ਨਾਲ ਟੁੱਟ ਟੋ ਆ, ਸਮਾਜਿਕ ਤੌਰ 'ਤੇ ਵੀ ਅਸੀਂ ਮਿਲਵਰਤਨ ਨਹੀਂ ਹੈ, ਐਂ ਤਾਂ ਮਿਲਦੇ ਹੀ ਹਾਂ। ਅੱਛਾ, ਦੂਜਾ ਵੀ ਅੰਮ੍ਰਿਤਪਾਲ ਐਸ ਜੀ ਪੀ ਸੀ ਚੋਣਾਂ ਬਾਰੇ ਕਹਿ ਰਹੇ ਨੇ ਕਿ ਲੜਨ ਦੀ ਤਿਆਰੀ ਹੋ ਰਹੀ ਹੈ, ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਵੀ ਕਹਿ ਦਿੱਤਾ, ਹੁਣ ਐਸ ਜੀ ਪੀ ਸੀ ਚੋਣਾਂ ਨੂੰ ਲੈ ਕੇ ਤੁਹਾਡੀ ਕੀ ਸਟ੍ਰੈਟਜੀ ਰਹੇਗੀ? ਦੇਖੋ, ਸਾਡਾ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਨੂੰ ਬਚਾਉਣ 'ਤੇ ਲੱਗੇ ਹੋਏ ਹਾਂ, ਅਕਾਲੀ ਦਲ ਨੂੰ ਅਕਾਲੀ ਦਲ ਬਣਾਉਣ 'ਤੇ ਲੱਗੇ ਹੋਏ ਹਾਂ, ਅਕਾਲੀ ਦਲ ਨੂੰ ਪੁਰਾਤਨ ਰੋਹ ਰੀਤਾਂ 'ਤੇ ਮਾਨਤਾਵਾਂ 'ਤੇ ਲਿਆਉਣ ਲੱਗੇ ਹੋਏ ਹਾਂ, ਔਰ ਉਹਦੇ ਲਈ ਸਾਡੀ ਅਜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੱਲ ਰਹੀ ਹੈ, ਜਦੋਂ ਐਸ ਜੀ ਪੀ ਸੀ ਦੀਆਂ ਵੋਟਾਂ ਆਈਆਂ ਉਦੋਂ ਫਿਰ ਦੇਖਾਂਗੇ। ਅੰਮ੍ਰਿਤਪਾਲ ਨਾਲ ਚੱਲੋਗੇ? ਨਹੀਂ, ਅੰਮ੍ਰਿਤਪਾਲ ਉਹਨਾਂ ਨੇ ਚੋਣ ਲੜਨੀ ਆ, ਕਿਵੇਂ ਲੜਨੀ ਆ, ਉਹਨਾਂ ਦੀ ਕੀ ਪਹੁੰਚ ਆ, ਮਤਲਬ ਸਿਆਸੀ ਤੌਰ 'ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕਲੀਅਰ ਕੱਟ ਫੈਡਰਲਿਜ਼ਮ ਦੇ ਅਧਾਰਤ ਆ, ਸੂਬਿਆਂ ਨੂੰ ਵੱਧ ਅਧਿਕਾਰ ਦੇ ਅਧਾਰਤ ਸੋਚ ਆ, ਦੇਸ਼ ਦੇ ਵਿੱਚ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਅਸੀਂ ਹਮੇਸ਼ਾ ਲੜਦੇ ਰਹੇ ਹਾਂ, ਔਰ ਜਦੋਂ ਵੀ ਕਿਤੇ ਚੋਣਾਂ 'ਚ ਗਏ ਹਾਂ ਉਦੋਂ ਸਭ ਤੋਂ ਪਹਿਲਾਂ ਸਾਡਾ ਇਹ ਹਿੱਸਾ ਰਿਹਾ ਸੋਚ ਦਾ, ਅਤੇ ਅੱਜ ਵੀ ਅਸੀਂ ਉੱਥੇ ਖੜ੍ਹੇ ਹਾਂ। ਐਸ ਜੀ ਪੀ ਸੀ ਦੇ ਵਿੱਚ ਹਾਂ, ਜਿਹੜਾ ਨਿਘਾਰ ਆਇਆ, ਕਮੀਆਂ ਆਈਆਂ, ਜੋ ਵੀ ਐਸ ਜੀ ਪੀ ਸੀ ਵਿੱਚ ਖੜੋਤ ਆਈ ਆ, ਮਤਲਬ ਉਹ ਸੁਧਾਰਨ ਦੀ ਹਰ ਸਿੱਖ ਦੀ ਇੱਛਾ। ਅੱਛਾ, 92 ਲੱਖ ਵਾਲਾ ਕੀ ਮਸਲਾ, ਜਿਹੜਾ ਵਿਗਿਆਪਨ ਵਾਲਾ, ਇਹ ਤੁਸੀਂ ਤਾਂ ਉਦੋਂ ਸਰਕਾਰ 'ਚ ਸੀਗੇ, ਕੀ ਮਸਲਾ ਕੀ ਸੀਗਾ, ਇਹ ਇਸ਼ਤਿਹਾਰ ਵਾਲੀ ਕਹਾਣੀ ਕੀ ਸੀਗੀ ਜਿਹਦੇ ਬਾਰੇ ਬੁਲਾਇਆ ਗਿਆ? ਨਹੀਂ, ਉਹ ਮੈਂ ਭਾਵੇਂ ਪਾਰਟੀ ਤਾਂ ਸੀਗਾ ਪਰ ਸਰਕਾਰ ਦੇ ਵਿੱਚ ਉਸ ਤਰ੍ਹਾਂ ਦਾ ਹਿੱਸਾ ਨਹੀਂ ਸੀ, ਨਾ ਮੈਂ ਵਜ਼ੀਰ, ਖ਼ਬਰ ਤਾਂ ਪਤਾ ਹੋਏਗੀ ਕਿ ਪਤਾ, ਸੱਚੀ ਗੱਲ ਆ, ਉਹਨਾਂ ਦਿਨਾਂ 'ਚ ਤਾਂ ਸਾਨੂੰ ਕੋਈ ਬਹੁਤਾ ਨਹੀਂ ਪਤਾ, ਪਰ ਇਹ ਗੱਲ ਦਾ ਹੁਣ ਅਸਲ 'ਚ ਜਿਹੜਾ ਸਾਹਮਣੇ ਆਇਆ ਵੀ 92 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ, ਜਿਹੜੀ ਸਰਚਾ ਨੂੰ ਮਾਫ਼ੀ ਦਿੱਤੀ ਆ, ਉਹਦੇ ਸੰਬੰਧੀ ਉਹਨੂੰ ਜਸਟੀਫਾਈ ਕਰਨ ਲਈ, ਉਹਦਾ ਮਤਲਬ ਸਿੱਖ ਸਰਕਲ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ ਇੱਕ ਬੜੀ ਹੈਰਾਨੀ ਵਾਲੀ ਗੱਲ ਪੈਦਾ ਹੋਈ ਆ ਵੀ ਗੁਰੂ ਦੀ ਗੋਲਕ ਦਾ ਪੈਸਾ ਮਾਲਿਕ ਮਾਫ਼ੀ ਨੂੰ ਜਸਟੀਫਾਈ ਕਰਨ ਵਾਸਤੇ ਇਸ਼ਤਿਹਾਰਾਂ 'ਤੇ ਲਾਤਾ। ਇਹ ਚਰਚਾ ਤਾਂ ਬਹੁਤ ਆ, ਹੁਣ ਜਿਹਦਾ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਦੇਖਣਾ ਵੀ ਇਹਦੇ ਲਈ ਕੌਣ ਜ਼ਿੰਮੇਵਾਰ ਆ, ਅਤੇ ਜਿਹੜਾ ਜ਼ਿੰਮੇਵਾਰ ਆ ਉਹ 'ਤੇ ਕੀ ਰਿਕਵਰੀ ਕਰਾਉਂਦੇ ਆ, ਕੀ ਕਰਾਉਂਦੇ ਆ। ਅੱਛਾ, ਇੱਕ ਵਡਾਲਾ ਸਾਹਿਬ ਨੂੰ ਜਦੋਂ ਕਹਿੰਦੇ ਕਨਵੀਨਰ ਲਾਇਆ ਗਿਆ, ਚਰਚਾ ਇਹ ਵੀ ਚੱਲੀ ਕਿ ਚੰਦੂ ਮਾਹਿਰਾ ਸਾਹਿਬ ਨਾਰਾਜ਼ ਹੋ ਕੇ ਮੀਟਿੰਗ ਛੱਡ ਕੇ ਚਲੇ ਗਏ, ਫਿਰ ਉਹਨਾਂ ਨੂੰ ਮਨਾਉਣ ਲਈ ਸਰੋਪਾ ਪਾਉਣ ਲਈ ਸਰੋਪਾ ਪਾ ਕੇ ਉਹਨਾਂ ਦੇ ਘਰੇ ਪਹੁੰਚੇ, ਕੀ ਕਹਾਣੀ ਕੀ ਸੀਗੀ ਇਹ ਸਾਰੀ? ਅੱਜ ਕੱਲ੍ਹ ਨਾ ਜੇ ਬੰਦਾ ਨਿੱਛ ਮਾਰਦਾ ਫਿਰ ਵੀ ਦੇਖਦੇ ਵੀ ਕਿਵੇਂ ਮਾਰੀ ਆ, ਕਿਉਂ ਮਾਰੀ ਆ। ਮੈਂ ਨਾਂ ਪ੍ਰਪੋਜ਼ ਕੀਤਾ ਵਡਾਲਾ ਸਾਹਿਬ ਦਾ, ਉਸ ਦਿਨ ਕੁਦਰਤੀ ਤੌਰ 'ਤੇ ਜਦੋਂ ਮੈਂ ਨਾਂ ਪ੍ਰਪੋਜ਼ ਕੀਤਾ, ਮਤਲਬ ਸਾਰਿਆਂ ਨੇ ਇਕਦਮ ਜਕਾਰੇ ਛੱਡਤੇ, ਮਤਲਬ ਸੈਕਿੰਡ ਕਰਨ ਦੀ ਵੀ ਲੋੜ ਨਹੀਂ ਸਮਝੀ, ਜਦੇ ਲੋਕਾਂ ਨੇ ਇਕਦਮ ਜਕਾਰੇ ਛੱਡਤੇ, ਅਤੇ ਫਿਰ ਮੀਟਿੰਗ ਸਮੂਥਲੀ ਮੈਂ ਰਨ ਕੀਤੀ ਆ। ਉਹ ਤਾਂ ਮੈਨੂੰ ਤਾਂ ਕਿਸੇ ਪ੍ਰੋਗਰਾਮ 'ਤੇ ਪਹੁੰਚਣਾ ਸੀ, ਸਾਡੇ ਨਾ ਬੱਚਿਆਂ ਨੇ ਪ੍ਰੋਗਰਾਮ ਬਣਾਈ ਬੈਠੇ ਸੀ,
ਉਹ ਮੈਂ ਪਹੁੰਚਣਾ ਸੀ, ਇਸ ਕਰਕੇ ਮੈਂ ਬਟਾਲਾ ਸਾਹਿਬ ਨੂੰ ਮੈਂ ਕਹਿ ਕੇ ਆਇਆ ਵੀ ਤੁਸੀਂ ਪ੍ਰੈਸ ਨੂੰ ਬਰੀਫ ਕਰਿਓ। ਤੇ ਭੱਜੇ ਕਰੇ ਕੁਦਰਤੀ ਤੌਰ ਤੇ ਮੇਰੇ ਘਰ ਦਾ ਮਤਲਬ ਰਸਤਾ ਸੀ, ਇੱਥੋਂ ਨੂੰ ਲੰਘਣਾ ਸੀ। ਇੱਕ ਦੋ ਹੋਰ ਉਹਨਾਂ ਨੇ ਸਲਾਹ ਕਰਨੀ ਸੀ ਮੇਰੇ ਨਾਲ, ਜਿਹੜੀ ਬਣਾਉਣੀ ਆ ਪ੍ਰੀਤਿੰਗ ਉਹਦੇ ਸੰਬੰਧੀ। ਉਹ ਕਹਿੰਦੇ ਘਰੇ ਹੋ, ਮੈਂ ਅੱਧੇ ਘੰਟੇ ਤੱਕ ਵਿਹਲਾ ਹੋਣਾ, ਕਹਿੰਦੇ ਮੈਂ ਇੱਧਰ ਨੂੰ ਲੰਘ ਜਾਣਾ, ਫਿਰ ਅਸੀਂ ਦੋ ਤਿੰਨ ਗੱਲਾਂ ਤੇ ਸਲਾਹ ਕਰਨੀ। ਕੋਈ ਨਾਰਾਜ਼ਗੀ ਨਹੀਂ ਸੀ ਤੇ ਘਰੇ ਪਹਿਲੀ ਵਾਰੀ ਆਏ ਸੀ ਕਨਵੀਨਰ ਬਣ ਕੇ, ਫਿਰ ਸਰੋਪਾ ਤਾਂ ਪਾਉਣਾ ਹੀ ਪਾਉਣਾ ਸਾਡਾ। ਕੋਈ ਨਾਰਾਜ਼ਗੀ ਨਹੀਂ, ਸਵਾਰੀ ਪਹਿਲਾਂ ਨਹੀਂ ਹੋ, ਨਾਰਾਜ਼ਗੀ ਤਾਂ ਹੋਵੇ, ਮੈਂ ਤਾਂ ਪ੍ਰਪੋਜ਼ ਕੀਤਾ। ਇਹ ਫਿਰ ਖਬਰ ਕਿੱਥੋਂ ਨਿਕਲ ਆਈ? ਇਹ ਤਾਂ ਹੁਣ ਤੁਸੀਂ ਕੱਢੀ ਆ, ਪੰਕਜ ਤੋਂ ਬਿਨਾਂ ਨਹੀਂ ਕੋਈ ਕਰਦਾ। ਨਹੀਂ, ਕਿਸੇ ਨੇ ਦੱਸੀ ਹੋਣੀ ਜਾਂ ਕੋਈ ਗੱਲ ਹੋਣੀ, ਪਤਾ ਨਹੀਂ ਹੁਣ। ਤੇ ਉਸ ਦਿਨ ਫਿਰ ਦਫ਼ਤਰ ਕਿਉਂ ਨਹੀਂ ਗਏ? ਉੱਥੇ ਤਾਂ ਫੋਰਸ ਹੀ ਬੜੀ ਲੱਗ ਗਈ ਸੀ। ਉਹ ਕਹਿੰਦੇ ਉਹ ਤੇ ਤਿਆਰ ਹੋ ਗਏ, ਕਹਿੰਦੇ ਵੱਜੋ ਸਾਡੀ ਛਾਤੀ ਤੇ, ਅਸੀਂ ਤਿਆਰ ਬੈਠੇ ਹਾਂ ਇੱਕ ਤੇ ਵੱਜਣ ਲਈ ਤਿਆਰ ਬੈਠੇ ਹਾਂ। ਤੁਹਾਡੇ ਵਰਗੇ ਲੋਕ ਵੀ ਝਗੜਾ ਕਰਾ ਦਿੰਦੇ? ਨਹੀਂ ਨਹੀਂ, ਉਹਨਾਂ ਨੇ ਇੰਨੀ ਫੋਰਸ ਕਿੱਥੋਂ? ਇਹ ਤਾਂ ਉਹਨਾਂ ਦਾ ਬਚਪਨਾ, ਉਹਨਾਂ ਦੀ ਕੱਚਪਣਾ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਵੀ ਅੱਠ ਦਿਨ ਪਹਿਲਾਂ ਇੱਕ ਸਪੈਸੀਫਿਕ ਜਗ੍ਹਾ ਤੇ ਮੀਟਿੰਗ ਰੱਖੀ ਹੋਈ ਆ, ਤੇ ਨਾਲੇ ਅਸੀਂ ਕਿਉਂ ਉੱਥੇ, ਮਤਲਬ ਸਾਡਾ ਮਤਲਬ ਹੀ ਵਿਵਾਦ ਕਰਨਾ ਨਹੀਂ, ਸਾਡਾ ਮਤਲਬ ਹੀ ਟਕਰਾਅ ਕਰਨਾ ਨਹੀਂ, ਸਾਡਾ ਮਤਲਬ ਤਾਂ ਬਲਕਿ ਸੁਧਾਰਨ ਦਾ, ਜੋੜਨ ਦਾ, ਸਾਡਾ ਮਤਲਬ ਤੋੜਨ ਦਾ ਹੈ ਹੀ ਨਹੀਂ, ਤੇ ਅਸੀਂ ਕਿਉਂ ਮਤਲਬ ਭਰਾਵਾਂ ਨੂੰ ਜੰਗ ਚਾਹਵਾਂਗੇ? ਇਹ ਤਾਂ ਕਿਸੇ ਸ਼ਰਾਰਤੀ ਨੇ ਸ਼ਰਾਰਤ ਕੀਤੀ, ਪਰ ਮੈਨੂੰ ਉਹਨਾਂ 'ਤੇ ਅਫਸੋਸ ਆ ਜਿਨ੍ਹਾਂ ਨੂੰ ਮਤਲਬ ਇੰਨੀ ਸਮਝ ਨਹੀਂ ਆਈ ਵੀ ਇੱਥੇ ਦਫ਼ਤਰ ਕਬਜ਼ਾ ਕਰਨ ਦਾ ਕੀ ਮਤਲਬ ਬਣ ਸਕਦਾ। ਦਫ਼ਤਰ ਵੈਸੇ ਬੈਠ ਸਕਦੇ ਹੋ ਕਿ ਨਹੀਂ ਬੈਠ ਸਕਦੇ ਲੀਗਲੀ ਤੌਰ 'ਤੇ? ਨਹੀਂ, ਲੀਗਲੀ ਤੌਰ 'ਤੇ ਤਾਂ ਦੇਖੋ, ਜਿਹਨਾਂ ਦੇ ਲੀਗਲੀ ਤੌਰ 'ਤੇ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜੇ, ਅਤੇ ਕੁਦਰਤੀ ਤੌਰ 'ਤੇ ਮਤਲਬ ਮੁੱਖ ਤੌਰ 'ਤੇ ਹੁੰਦੇ ਆ ਜਿਹਦੇ ਕੋਲ ਪ੍ਰਧਾਨ ਹੁੰਦਾ।